ਅੱਜ ਸਾਡੇ ਪਿੰਡ ਦੇ ਅਜੇ ਪੱਤਰਕਾਰ ਜੋ ਪਿੰਡ ਦੀ ਨਾਮਵਰ ਹਸਤੀ ਆ, ਇੱਕ ਛੋਟੇ ਪਰਿਵਾਰ 'ਚੋਂ ਵੱਡੀ ਗੱਲ ਕਰਦੇ ਨੇ। ਅੱਜ ਉਹਨਾਂ ਨੇ ਜਿਹੜੀ ਬਲੈਕਮੇਲਰ ਫਿਲਮ ਬਣਾਈ ਆ ਉਹ ਅੱਜ ਇਹਨਾਂ ਨੇ ਰਿਲੀਜ਼ ਕੀਤੀ ਆ। ਉੱਥੇ ਪਤਵੰਤੇ ਸੱਜਣ ਜਿਹੜੇ ਪਿੰਡ ਦੇ ਜਾਂ ਦੂਰ ਨੇੜਿਓਂ ਆਏ ਨੇ ਉਹ ਇਹਨਾਂ ਨੂੰ ਮੁਬਾਰਕਬਾਦ ਕਹਿਣ ਆਏ ਨੇ। ਇਹਨਾਂ ਦੀ ਜ਼ਿੰਦਗੀ ਵਿੱਚ ਅੱਜ ਚਾਰ ਖੁਸ਼ੀਆਂ ਆਈਆਂ ਨੇ। ਇੱਕ ਇਹਨਾਂ ਦਾ ਭਾਣਜਾ ਜਿਹੜਾ ਅਭੈਜੀਤ ਸਿੰਘ ਉਹ ਕੈਨੇਡਾ ਦੀ ਧਰਤੀ 'ਤੇ ਗਿਆ। ਇੱਕ ਇਹਨਾਂ ਨੇ ਜਿਹੜੀ ਅੱਜ ਦਾ ਦਿਨ ਪਹਿਲੀ ਜਿਹੜੀ ਫਿਲਮ ਸੀਗੀ ਉਹ ਰਿਲੀਜ਼ ਕੀਤੀ ਸੀ, ਉਹ ਇਹਨਾਂ ਨੂੰ ਬੜੀ ਖੁਸ਼ੀ ਦਿੱਤੀ, ਇਹਨਾਂ ਨੂੰ ਅਗਾਂਹ ਵਧਣ ਦਾ ਮੌਕਾ ਦਿੱਤਾ। ਅੱਜ ਇਹਨਾਂ ਜਿਹੜੀ ਦੂਜੀ ਫਿਲਮ ਆ ਬਲੈਕਮੇਲ ਉਹ ਇਹਨਾਂ ਨੇ ਰਿਲੀਜ਼ ਕੀਤੀ ਆ। ਇੱਕ ਇਹਨਾਂ ਦਾ ਜਨਮ ਦਿਨ, ਬੜੀਆਂ ਖੁਸ਼ੀਆਂ ਨੇ, ਚਾਰੇ ਖੁਸ਼ੀਆਂ ਨੇ ਇਹਨਾਂ ਦੀਆਂ। ਸੋ ਅਸੀਂ ਸਾਰੇ ਪਿੰਡ ਵੱਲੋਂ ਇਹਨਾਂ ਨਾਲ ਖੁਸ਼ੀ ਸਾਂਝੀ ਕਰਨ ਆਏ ਹਾਂ। ਜਿਹੜੀ ਬਲੈਕਮੇਲਰ ਫਿਲਮ ਹੈ ਉਹ ਹੈਗਾ ਜੀ ਵੀ ਜਿਹੜੀਆਂ ਆਪਣੇ ਇਲਾਕੇ ਦੀਆਂ ਛੋਟੀਆਂ ਮੋਟੀਆਂ ਜੋ ਘਟਨਾਵਾਂ ਹੁੰਦੀਆਂ, ਕਿਵੇਂ ਬਲੈਕਮੇਲਰਾਂ ਨੂੰ ਕਿਵੇਂ ਪੁਲਿਸ ਕਾਬੂ ਕਰਦੀ ਆ ਜਾਂ ਹੋਰ ਕਿਵੇਂ ਉਹ ਸਮਾਜ ਨੂੰ ਗੰਧਲਾ ਕਰਦੇ ਨੇ, ਉਹ ਸਾਰਾ ਫਿਲਮ ਵਿੱਚ ਬਰੀਕੀ ਨਾਲ ਵਿਖਾਇਆ ਗਿਆ। ਸੋ ਸਾਡੇ ਵੱਲੋਂ ਇਹਨਾਂ ਨੂੰ ਮੁਬਾਰਕਬਾਦ, ਅਸੀਂ ਆਪਣੇ ਇਲਾਕੇ ਵੱਲੋਂ ਪਿੰਡ ਬੰਨੀਓਂ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਤਾਂ ਜੋ ਕਿ ਇਹ ਆਪਣੀ ਤਰੱਕੀਆਂ ਦੀਆਂ ਜਿਹੜਾ ਬੁਲੰਦੀਆਂ ਨੂੰ ਛੂਹੇ ਅਤੇ ਆਪਣਾ ਨਾਂ ਉੱਚਾ ਕਰੇ, ਪਿੰਡ ਦਾ ਨਾਂ ਉੱਚਾ ਕਰੇ ਜੀ। ਸਾਡੇ ਪਿੰਡ ਟੱਲੇਵਾਲ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ। 7 ਮਈ 2024 ਨੂੰ ਅੱਜ ਅਸੀਂ ਰਾਜ ਪੈਲਸ ਦੇ ਵਿੱਚ ਖੜ੍ਹੇ ਹਾਂ ਜਿੱਥੇ ਸਾਡੇ ਪਿੰਡ ਦੇ ਪੱਤਰਕਾਰ ਅਜੇ ਟੱਲੇਵਾਲ ਜੋ ਪੱਤਰਕਾਰੀ ਦੇ ਖੇਤਰ ਦੇ ਵਿੱਚ ਬਹੁਤ ਹੀ ਅੱਗੇ ਵੱਧ ਰਹੇ ਨੇ ਅਤੇ ਨਾਲ ਦੀ ਨਾਲ ਹੀ ਉਹ ਲਘੂ ਫਿਲਮਾਂ ਜਿਨ੍ਹਾਂ ਨੂੰ ਆਪਾਂ ਟੈਲੀ ਫਿਲਮਾਂ ਕਹਿੰਦੇ ਹਾਂ ਜਿਨ੍ਹਾਂ ਦਾ ਅੱਜ ਬਹੁਤ ਰੁਝਾਨ ਹੈਗਾ ਉਹਦੇ ਅੱਗੇ ਵੀ ਉਹ ਆਪਣਾ ਜਿਹੜਾ ਵਾਧਾ ਉਹ ਕਰ ਰਹੇ ਨੇ। ਇਸ ਤੋਂ ਪਹਿਲਾਂ ਉਹ ਕਿਸਮਤ ਫਿਲਮ ਆ ਜਿਹੜੀ ਉਹ ਰਿਲੀਜ਼ ਕਰ ਚੁੱਕੇ ਨੇ ਅਤੇ ਅੱਜ 7 ਮਈ ਨੂੰ ਬਲੈਕਮੇਲ ਜੋ ਇੱਕ ਸਮਾਜ ਦੇ ਵਿੱਚ ਬਹੁਤ ਵੱਡੀ ਕ੍ਰਿਤੀ ਹੈ, ਉਹ ਇੱਕ ਚੰਗਾ ਸੁਨੇਹਾ ਦੇਣ ਲਈ ਸਮਾਜ ਨੂੰ ਵੀ ਬਲੈਕਮੇਲ ਆ ਜਿਹੜੇ ਵੀ ਉਹ ਕਿਸ ਤਰ੍ਹਾਂ ਜਾਂਦੀ ਇਨਸਾਨੀਅਤ ਦਾ ਜਿਹੜਾ ਉਹ ਖੋਰਾ ਲਾਉਂਦੇ ਨੇ ਅੱਜ ਸਾਡੇ ਸਮਾਜ ਦੇ ਵਿੱਚ, ਉਹਨਾਂ ਨੂੰ ਕਾਬੂ ਕਰਨ ਦੇ ਲਈ ਅਤੇ ਸਮਾਜ ਨੂੰ ਦੱਸਣ ਦੇ ਲਈ ਇਹਨਾਂ ਨੇ ਅੱਜ ਇੱਕ ਫਿਲਮ ਆ ਜਿਹੜੀ ਉਹ ਬਣਾ ਕੇ ਰਿਲੀਜ਼ ਕੀਤੀ ਹੈ। ਅੱਜ ਪਤਵੰਤੇ ਸੱਜਣਾ ਜਿਹੜੇ ਪਿੰਡ ਟੱਲੇਵਾਲ ਦੇ ਬਾਹਰੋਂ ਵੀ ਸ਼ਖਸੀਅਤ ਆਈਆਂ ਗਈਆਂ ਅਤੇ ਅੱਜ ਫਿਲਮ ਆ ਜਿਹੜੀ ਉਹ ਰਿਲੀਜ਼ ਕੀਤੀ ਹੈ ਅਤੇ ਸਾਰੇ ਪਿੰਡ ਦਾ ਜਿਹੜਾ ਅਜੇ ਟੱਲੇਵਾਲ ਜੋ ਪੱਤਰਕਾਰ ਆ ਇਹਨਾਂ ਨੂੰ ਪੂਰਨ ਸਹਿਯੋਗ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਪੂਰਨ ਸਹਿਯੋਗ ਦੇਵਾਂਗੇ ਅਤੇ ਕੁਦਰਤ ਵੱਲੋਂ ਇਹਨਾਂ ਨੂੰ ਜੋ ਬਲ ਬਖਸ਼ਿਆ ਗਾ ਉਹ ਬੁਲੰਦੀਆਂ ਦੇ ਵਿੱਚ ਜਾਣ, ਅੱਗੇ ਵਧਣ ਅਤੇ ਅਜਿਹੀਆਂ ਫਿਲਮਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਦੇਣ ਅਤੇ ਅਸੀਂ ਸਾਰੇ ਇਹਨਾਂ ਦੇ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਅਤੇ ਇਹਨਾਂ ਦਾ ਜਿੱਥੇ ਧੰਨਵਾਦ ਕਰਦੇ ਹਾਂ ਉੱਥੇ ਮਨੋਕਾਮਨਾ ਵੀ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਫਿਲਮਾਂ ਜਿਹੜੀਆਂ ਇਹ ਤਿਆਰ ਕਰਕੇ ਸਮਾਜ ਨੂੰ ਦੇਣ। ਤੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਅਸੀਂ ਰਾਜ ਪੈਲਸ ਟੱਲੇਵਾਲ ਦੇ ਵਿੱਚ ਖੜ੍ਹੇ ਹਾਂ ਜਿੱਥੇ ਜਨਤਾ ਦੀ ਆਵਾਜ਼ ਦੇ ਅਖਬਾਰ ਦੇ ਮੁੱਖ ਸੰਪਾਦਕ ਅਜੇ ਟੱਲੇਵਾਲ ਜੀ ਨੇ ਆਪਣੀ ਦੂਸਰੀ ਫਿਲਮ ਬਲੈਕਮੇਲ ਰਿਲੀਜ਼ ਕੀਤੀ ਹੈ ਜਿਸ ਵਿੱਚ ਪਿੰਡ ਦੇ ਪਤਵੰਤੇ ਸੱਜਣ ਅਤੇ ਬਾਹਰੋਂ ਸਹਿਯੋਗੀ ਸੱਜਣ ਆਏ ਨੇ। ਬਹੁਤ ਧੰਨਵਾਦ ਕਰਦੇ ਹਾਂ ਅਜੇ ਟੱਲੇਵਾਲ ਜੀ ਦਾ ਜਿਨ੍ਹਾਂ ਨੇ ਬਲੈਕਮੇਲ ਫਿਲਮ ਤਿਆਰ ਕਰਕੇ ਸਮਾਜ ਨੂੰ ਇੱਕ ਸੁਨੇਹਾ ਦਿੱਤਾ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਕੁਰੀਤੀਆਂ ਨੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਜਨਤਾ ਦੀ ਆਵਾਜ਼
ਅਖਬਾਰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦੋਵੇਂ ਜਾਣੇ ਇੱਕ ਡੇਲੀ ਅਖਬਾਰ ਆਉਂਦਾ ਹੈਗਾ ਦੇਸ਼ ਪ੍ਰਦੇਸ਼, ਜਿਹੜਾ ਮਾਨਸਾ ਤੋਂ ਛਪਦਾ ਹੈਗਾ, ਉਹਦੇ ਵਿੱਚ ਇਕੱਠੇ ਪੱਤਰਕਾਰੀ ਕਰਦੇ ਸੀ। ਤਾਂ ਉੱਥੇ ਕਿਸੇ ਨੁਕਤੇ 'ਤੇ ਕਿੰਤੂ ਪ੍ਰੰਤੂ ਹੋਇਆ, ਕਿੰਤੂ ਪ੍ਰੰਤੂ ਵੀ ਮਤਲਬ ਕਹਿਣਾ ਚਾਹੀਦਾ ਕਿ ਮਤਲਬ ਬਹਿਸ ਹੋਈ, ਬਹਿਸ ਵਧੀਆ ਸੀ, ਚੰਗੀ ਗੱਲ ਸੀ, ਕਿਉਂਕਿ ਜੇ ਅਸੀਂ ਕਿਸੇ ਗੱਲ 'ਤੇ ਬਹਿਸ ਕਰਾਂਗੇ ਜਾਂ ਮਤਲਬ ਜਿਹੜਾ ਹੈਗਾ ਉਹ 'ਤੇ ਮਤਲਬ ਤਰਕ ਨਾਲ ਗੱਲ ਕਰਾਂਗੇ ਤਾਂ ਸਾਡੇ ਸਮਾਜ ਨੂੰ ਕੁਛ ਨਾ ਕੁਛ ਸਿੱਖਣ ਲਈ ਅਤੇ ਸੇਧ ਦੇਣ ਲਈ ਮਿਲਦਾ ਹੈਗਾ। ਉੱਥੋਂ ਮਤਲਬ ਜਿਹੜਾ ਉਹ ਤਰਕ ਸੀ ਇੰਨਾ ਕੁ ਮਤਲਬ ਹਾਵੀ ਰਿਹਾ ਕਿ ਅਜੇ ਟੱਲੇਵਾਲ ਦੇ ਦਿਲ 'ਤੇ ਉਹ ਗੱਲ ਆ ਜਿਹੜੀ ਉਹ ਚੋਟ ਕਰ ਗਈ, ਅਤੇ ਚੋਟ ਕਰੇ ਹੋਈ ਉੱਥੋਂ ਮਤਲਬ ਪੰਜਾਬੀ 'ਚ ਆਪਾਂ ਕਹਿ ਸਕਦੇ ਵੀ ਭਰੇ ਮਨ ਨਾਲ ਹੀ ਆ ਗਏ। ਆਉਣ ਸਾਰ ਮਤਲਬ ਜਿਹੜਾ ਹੈਗਾ ਉਹਨਾਂ ਨੇ ਆਪਦੇ ਅਖਬਾਰ ਦੀ ਸ਼ੁਰੂਆਤ ਕੀਤੀ, ਤਾਂ ਉਹਨਾਂ ਨੇ ਨਾਮ ਰੱਖਿਆ ਜਨਤਾ ਦੀ ਆਵਾਜ਼। ਜਨਤਾ ਦੀ ਆਵਾਜ਼ ਜਿਹੜਾ ਅਖਬਾਰ ਹੈ ਉਹ ਅੱਜ ਦੇ ਦਿਨਾਂ ਜਿਹੜਾ ਉਹ ਸਾਨੂੰ ਰਜਿਸਟ੍ਰੇਸ਼ਨ ਨੰਬਰ ਮਿਲਿਆ ਸੀ ਅਤੇ ਰਿਲੀਜ਼ ਕੀਤਾ ਗਿਆ ਸੀ। ਤਿੰਨ ਖੁਸ਼ੀਆਂ ਹੋਰ ਨੇ ਦੱਸਿਆ ਜਿਹਨੇ ਭਾਈ ਸਾਹਿਬ ਨੇ ਕਿ ਮਤਲਬ ਉਹਨਾਂ ਭਾਣਜਾ ਗਾ ਉਹ ਬਾਹਰਲੇ ਦੇਸ਼ ਗਿਆ, ਅਤੇ ਬਾਕੀ ਜਿਹੜੇ ਹੈਗੇ ਇਹਨਾਂ ਦਾ ਬਰਥਡੇ ਵੀ ਹੈ, ਅਤੇ ਜਿਹੜੇ ਹੈਗੇ ਨੇ ਬਲੈਕਮੇਲ ਫਿਲਮ 'ਤੇ ਇਸ ਤੋਂ ਪਹਿਲਾਂ ਜਿਹੜੀ ਫਿਲਮ ਕੀਤੀ ਸੀਗੀ ਉਹਦਾ ਜਿਹੜਾ ਹੈਗਾ ਗਾ ਰਿਲੀਜ਼ ਕਰਨ ਦਾ ਸਮਾਂ ਵੀ ਇਹੀ 7 ਮਈ 2000 ਸੀ। 2024 ਅਤੇ 2023 ਦੀਆਂ ਦੋ ਫਿਲਮਾਂ ਦਿੱਤੀਆਂ ਗਈਆਂ ਨੇ। ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਅਤੇ ਗੁਣਤਾਜ ਪ੍ਰੈਸ ਮਹਿਲਕਲਾਂ ਵੱਲੋਂ ਕਿ ਅਜੇ ਟੱਲੇਵਾਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਉਮੀਦ ਕਰਦੇ ਹਾਂ ਸਾਡੇ ਇਸ ਸਮਾਜ ਨੂੰ ਇਹਨਾਂ ਕੁਰੀਤੀਆਂ ਤੋਂ ਜਾਣੂ ਕਰਵਾਉਂਦਾ ਹੋਇਆ ਅੱਗੇ ਵੱਧਦਾ ਹੋਇਆ ਅਕਾਲ ਪੁਰਖ ਵਾਹਿਗੁਰੂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਬਹੁਤ ਬਹੁਤ ਧੰਨਵਾਦ। ਚਲੋ ਪਿੰਡ ਦਾ ਨਾਂ ਉੱਚਾ ਕੀਤਾ, ਇਲਾਕੇ ਦਾ ਨਾਂ ਉੱਚਾ ਕੀਤਾ, ਸਾਰਾ ਇਹਨਾਂ ਨੇ ਵਧੀਆ। ਮੈਂ ਆਪ ਜ਼ਿੰਦਗੀ 'ਚ ਉਚਾਈਆਂ ਛੂਹ ਆ, ਵਧੀਆ ਸਾਰਾ ਵਧੀਆ ਗੱਲ ਹੈ ਜੀ। ਪਿੰਡ ਦੀ 10,000 ਆਬਾਦੀ ਦੇ ਵਿੱਚੋਂ ਇਸ ਇਨਸਾਨ ਨੇ ਜਿਹੜਾ ਹੈਗਾ ਗਾ ਜ਼ਿੰਦਗੀ ਦੇ ਵਿੱਚ ਆਪਣੇ ਪਿੰਡ ਦਾ ਅਤੇ ਆਪਣੇ ਨਗਰ ਦਾ, ਆਪਣੀ ਪੰਚਾਇਤ ਦਾ, ਆਪਣੇ ਮੋਹਤਬਰ ਸੱਜਣਾਂ ਦਾ, ਆਪਣੇ ਇਲਾਕੇ ਦਾ ਨਾਮ ਆ ਜਿਹੜਾ ਰੋਸ਼ਨ ਕਰਨ ਦਾ ਰੁਹੱਈਆ ਕੀਤਾ। ਅੱਛਾ, ਅਕਾਲ ਪੁਰਖ ਵਾਹਿਗੁਰੂ ਦਿਨ ਦੁੱਗਣੀ ਚਾਰ ਰਾਤ ਚੌਗਣੀ ਤਰੱਕੀ ਬਖਸ਼ੇ। ਬਹੁਤ ਵਧੀਆ। ਇਹਦਾ ਜਿਹੜੀ ਮਾੜੀ ਦਿਖਾਈ ਗਈ ਆ, ਇਹਦੇ ਚੰਗੇ ਅੰਸਰ ਵੀ ਹੈਗੇ, ਉਹ ਸਾਰੇ ਇਹਨਾਂ ਨੂੰ ਦਿਖਾਉਣੇ ਚਾਹੀਦੇ। ਅਗਲੀ ਫਿਲਮ ਜਿਹੜੀ ਹੈਗੀ ਆ ਉਹ ਵੀ ਦਿਖਾਉਣ, ਪੁਲਿਸ ਨੂੰ ਮਾੜਾ ਕਰਕੇ ਦਿਖਾਉਂਦੇ ਆ, ਕੋਈ ਜਿਹੜੇ ਚੰਗੇ ਅੰਸਰ ਜਾਂ ਹੋਰ ਮਹਿਕਮੇ 'ਚ ਕੰਮ ਕਰਦੇ ਆ ਉਹ ਚੰਗੇ ਵੀ ਨੇ, ਇਹਦੇ ਚੰਗੇ। ਪ੍ਰੇਮ ਪਿਆਰ ਦੀ ਭਾਵਨਾ ਨਾਲ ਕੱਢ ਦਾਂਗੇ।